ਉੱਥੇ ਸਕੈਨਿੰਗ ਸੈਂਟਰ ਜਾ ਕੇ ਪਤਾ ਚੱਲਿਆ ਕਿ ਮੈਨੂੰ ਐਕਟੋਪਿਕ ਪ੍ਰੈਗਨੈਂਸੀ ਹੋ ਗਈ ਹੈ। ਮੇਰਾ ਦੂਰਬੀਨ ਦੇ ਨਾਲ ਆਪਰੇਸ਼ਨ ਹੋਇਆ ਸੀ, ਉਹਦੇ ਨਾਲ ਬਿਲਕੁਲ ਛੋਟੇ ਛੋਟੇ ਜਿਹੇ ਦੋ ਸਟਿਚਿਸ ਲੱਗੇ, ਉਹਦੇ ਨਾਲ ਮੈਨੂੰ ਨਾ ਖੁਲਵਾਉਣੇ ਪਏ, ਨਾ ਪੇਨ ਕੀਤੇ, ਨਾ ਕੁਛ। ਗੁੱਡ ਮਾਰਨਿੰਗ, ਮੇਰਾ ਨਾਮ ਰੁਚੀ ਸ਼ਰਮਾ, ਮੈਂ ਜਲੰਧਰ ਸਿਟੀ ਤੋਂ ਰਹਿਣ ਵਾਲੀ ਹਾਂ। ਮੈਨੂੰ ਇੱਕ ਦਿਨ ਮੇਰੇ ਪੇਟ 'ਚ ਬਹੁਤ ਜ਼ਿਆਦਾ ਰਾਤੀ ਦਰਦ ਹੋਈ ਔਰ ਮੈਂ ਅਗਲੇ ਦਿਨ ਸਵੇਰੇ ਜਦੋਂ ਸਕੈਨਿੰਗ ਕਰਵਾਉਣ ਗਈ, ਮੈਨੂੰ ਉੱਥੇ ਸਕੈਨਿੰਗ ਸੈਂਟਰ ਜਾ ਕੇ ਪਤਾ ਚੱਲਿਆ ਕਿ ਮੈਨੂੰ ਐਕਟੋਪਿਕ ਪ੍ਰੈਗਨੈਂਸੀ ਹੋ ਗਈ ਹੈ। ਪ੍ਰੈਗਨੈਂਸੀ ਮੇਰੀ 2 ਮੰਥਸ ਤੋਂ ਸੀ ਔਰ ਸਾਨੂੰ ਇਸ ਬਾਰੇ ਬਿਲਕੁਲ ਪਤਾ ਨਹੀਂ ਸੀ। ਸਾਨੂੰ ਉਸੇ ਟਾਈਮ ਉਹਨਾਂ ਨੇ ਕਿਹਾ ਕਿ ਤੁਸੀਂ ਫਟਾਫਟ ਐਮਰਜੈਂਸੀ ਦੇ ਵਿੱਚ ਇਹਦਾ ਓਪਰੇਟ ਕਰਵਾਓ ਜਾ ਕੇ। ਬਹੁਤ ਕ੍ਰਿਟੀਕਲ ਕੰਡੀਸ਼ਨ ਸੀ ਉਸ ਟਾਈਮ, ਅਤੇ ਸਾਨੂੰ ਮੈਂ ਫਟਾਫਟ ਅਸੀਂ ਇੱਥੇ ਸਟਾਰ ਹੋਸਪਿਟਲ 'ਚ ਆਏ ਔਰ ਇੱਥੇ ਆ ਕੇ ਸਕੈਨ ਦੁਆਰਾ ਹੋਈ। ਸਕੈਨ 'ਚ ਇਹਨਾਂ ਨੇ ਫਿਰ ਓਪਟਿਕ ਪ੍ਰੈਗਨੈਂਸੀ ਆਈ ਔਰ ਉਹਨਾਂ ਨੇ ਕਿਹਾ ਕਿ ਐਮਰਜੈਂਸੀ ਵਿੱਚ ਓਪਰੇਟ ਹੋਏਗਾ ਤੁਹਾਡਾ। ਮੈਨੂੰ ਮੇਰੇ ਸਿਸਟਰ ਇਨ ਲਾਅ ਨੇ ਮੈਨੂੰ ਗਾਈਡ ਕੀਤਾ ਸੀ ਕਿ ਤੁਸੀਂ ਇਵਲੇ ਸਟਾਰ ਹੋਸਪਿਟਲ 'ਚ ਜਾਓ, ਉੱਥੇ ਸਟਾਫ ਔਰ ਡਾਕਟਰ ਸਾਹਿਬ ਬਹੁਤ ਅੱਛੇ ਆ। ਉਹਨਾਂ ਦੇ ਮੇਰਾ ਦੂਰਬੀਨ ਦੇ ਨਾਲ ਓਪਰੇਸ਼ਨ ਹੋਇਆ ਸੀ, ਮੈਂ ਇੱਥੇ ਆ ਕੇ ਓਪਰੇਸ਼ਨ ਕਰਵਾਇਆ। ਉਸ ਤੋਂ ਬਾਅਦ ਮੈਨੂੰ ਕੋਈ ਕੰਪਲੀਕੇਸ਼ਨਸ ਨਹੀਂ ਆਏ, ਨਾ ਹੀ ਮੈਨੂੰ ਇੱਥੇ ਕੋਈ ਪ੍ਰੋਬਲਮ ਹੋਈ। ਇਸ ਟਾਈਮ ਮੈਂ ਬਿਲਕੁਲ ਪਰਫੈਕਟ ਹੈ, ਬਿਲਕੁਲ ਖਾਣ ਪੀਣਾ ਸਭ ਕੁਛ, ਮੈਂ ਆਪਣਾ ਘਰ ਦਾ ਸਾਰਾ ਕੰਮ ਵੀ ਕਰ ਰਹੀ, ਸਭ ਕੁਛ ਬਿਲਕੁਲ ਠੀਕ ਹੈ। ਇੱਥੇ ਦਾ ਸਟਾਫ ਬਹੁਤ ਅੱਛਾ, ਇੱਥੇ ਡਾਕਟਰ ਸਾਹਿਬ ਬਹੁਤ ਅੱਛੇ ਆ, ਹਰ ਟਾਈਮ ਹਰ ਕਿਸੇ ਨਾਲ ਕੰਪਰੋਮਾਈਜ਼ ਕਰਦੇ ਆ, ਸਭ ਕੁਛ ਬਹੁਤ ਅੱਛਾ। ਮੈਨੂੰ ਇੱਥੇ ਆ ਕੇ ਬਹੁਤ ਅੱਛਾ ਲੱਗਿਆ ਅਤੇ ਮੈਨੂੰ ਇਹਨਾਂ ਵੱਲੋਂ ਕੋਈ ਕੰਪਲੇਂਟ ਨਹੀਂ ਹੈ। ਮੇਰਾ ਦੂਰਬੀਨ ਦੇ ਨਾਲ ਓਪਰੇਸ਼ਨ ਹੋਇਆ ਸੀ, ਉਹਦੇ ਨਾਲ ਬਿਲਕੁਲ ਛੋਟੇ ਛੋਟੇ ਜਿਹੇ ਦੋ ਸਟਿਚਿਸ ਲੱਗੇ, ਉਹਦੇ ਨਾਲ ਮੈਨੂੰ ਨਾ ਖੁਲਵਾਉਣੇ ਪਏ, ਨਾ ਪੇਨ ਕੀਤੇ, ਨਾ ਕੁਛ, ਉਹ ਡਿਜ਼ੋਲਵ ਹੀ ਹੋਣੇ ਸੀ ਆਪਣੇ ਆਪ। ਇਸ ਟਾਈਮ ਮੈਂ ਬਿਲਕੁਲ ਠੀਕ ਹੈ, ਮੈਨੂੰ ਕੋਈ ਪ੍ਰੋਬਲਮ, ਪਰਮਾਤਮਾ ਨਾ ਕਰੇ ਇੱਦਾਂ ਦੀ ਪ੍ਰੋਬਲਮ ਕਿਸੇ ਹੋਰ ਨੂੰ ਵੀ ਆਏ ਜੋ ਮੈਨੂੰ ਆਈ ਹੈ। ਬਟ ਅਗਰ ਇਨ ਕੇਸ ਕਿਸੇ ਨੂੰ ਆ ਵੀ ਜਾਂਦੀ ਹੈ ਤਾਂ ਇੱਥੇ ਆ ਕੇ ਡਾਕਟਰ ਸਾਹਿਬ ਦੇ ਨਾਲ ਆ ਕੇ ਕੰਸਰਨ ਕਰਨ, ਬਹੁਤ ਅੱਛੇ ਤਰ੍ਹਾਂ ਨਾਲ ਤੁਹਾਨੂੰ ਗਾਈਡ ਕਰਨਗੇ, ਬਹੁਤ ਅੱਛੇ ਤਰੀਕੇ ਨਾਲ ਤੁਹਾਨੂੰ ਸਮਝਾਉਣਗੇ ਸਭ ਕੁਛ, ਕੋਈ ਇੱਦਾਂ ਦੀ ਗੱਲ ਨਹੀਂ ਹੈ, ਸਭ ਕੁਛ ਬਹੁਤ ਅੱਛਾ ਇੱਥੇ।